ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਇੱਕ ਹੋਰ ਵੀਡੀਓ ਦੇ ਵਿੱਚ ਅਤੇ ਅੱਜ ਤੁਹਾਨੂੰ ਦਿਖਾਉਂਦੇ ਹਾਂ ਜੀ ਸਾਊਥ ਹਾਲ ਦੇ ਮੇਨ ਜਿਹੜਾ ਗੁਰੂ ਘਰ ਆ ਜਿਹੜਾ ਸਾਊਥ ਹਾਲ ਰੇਲਵੇ ਸਟੇਸ਼ਨ ਦੇ ਕੋਲ ਜਿਹੜਾ ਗੁਰੂ ਘਰ ਆ ਅਤੇ ਇਹ ਵਾਲਾ ਰੇਲਵੇ ਸਟੇਸ਼ਨ ਹੁਣ ਨਵਾਂ ਬਣ ਗਿਆ। ਪਹਿਲਾਂ ਉਹ ਪੁਰਾਣਾ ਉਹ ਪਰੇ ਜਿਹੜੀ ਪਰਲੀ ਛੋਟੀ ਬਿਲਡਿੰਗ ਦਿਸਦੀ ਪਿਲੀ ਜੀ ਉੱਥੇ ਹੁੰਦਾ ਸੀ ਰੇਲਵੇ ਸਟੇਸ਼ਨ ਅਤੇ ਹੁਣ ਆਹ ਨਵੀਂ ਸ਼ੀਸ਼ਿਆਂ ਵਾਲੀ ਬਿਲਡਿੰਗ ਬਣ ਗਈ ਆ ਅਤੇ ਅੱਗੇ ਉਹ ਪੁਰਾਣੀ ਬਿਲਡਿੰਗ ਦੇ ਬਾਹਰ ਪੰਜਾਬੀ 'ਚ ਲਿਖਿਆ ਹੁੰਦਾ ਸੀ ਜੀ ਆਇਆਂ ਨੂੰ, ਬਟ ਹੁਣ ਜਿਹੜੀ ਨਵੀਂ ਬਿਲਡਿੰਗ ਹੈ ਇਹਦੇ ਬਾਹਰ ਲਿਖਿਆ ਹੋਇਆ ਸਾਊਥ ਹਾਲ ਪੰਜਾਬੀ ਦੇ ਵਿੱਚ, ਪੰਜਾਬੀ ਅਤੇ ਅੰਗਰੇਜ਼ੀ 'ਚ ਲਿਖਿਆ ਹੋਇਆ। ਅਤੇ ਇਹ ਸਾਰੀ ਹੈਗੀ ਆ ਸਾਊਥ ਹਾਲ ਗੁਰੂ ਘਰ ਦੀ ਜਿਹੜੀ ਪਾਰਕਿੰਗ ਆ। ਅਤੇ ਅੱਜ ਇੱਥੇ ਪ੍ਰੋਗਰਾਮ ਆ, ਬਾਈ ਦੀਪ ਸਿੱਧੂ ਜੀ ਦੇ ਵੱਡੇ ਬਾਈ ਆਏ ਹੋਏ ਆ ਇੱਥੇ ਅਤੇ ਉਹਨਾਂ ਦੀਆਂ ਕੁਛ ਜਿਹੜੀਆਂ ਨਿਸ਼ਾਨੀਆਂ ਆ ਉਹ ਵੀ ਉਹ ਲੈ ਕੇ ਆਏ ਆਪਣੇ ਕੋਲ, ਉਹ ਨਿਸ਼ਾਨੀਆਂ ਵੀ ਇੱਥੇ ਅੱਜ ਸਾਰੇ ਸੰਗਤ ਦਰਸ਼ਨ ਕਰ ਰਹੀ ਆ। ਅਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਦਾ ਦ੍ਰਿਸ਼। ਅਤੇ ਇੱਕ ਚੀਜ਼ ਜਦੋਂ ਅਸੀਂ ਆਪਾਂ ਆਉਂਦੇ ਹਾਂ ਨਾ, ਜਦੋਂ ਰੋਡ ਤੋਂ ਉੱਤਰ ਲਈਆਂ ਅਤੇ ਆਹ ਜਿਹੜੀਆਂ ਫੋਟੋਆਂ ਬਾਹਰ ਲੱਗੀਆਂ ਹੋਈਆਂ ਸ਼ਹੀਦਾਂ ਦੀਆਂ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਸ਼੍ਰੀ ਅਕਾਲ ਤਖਤ ਸਾਹਿਬ ਦੀਆਂ, ਅਤੇ ਆਹ ਜਿਹੜੀਆਂ ਤਸਵੀਰਾਂ ਲੱਗੀਆਂ ਚਾਰ, ਸ਼੍ਰੀ ਅਕਾਲ ਤਖਤ ਸਾਹਿਬ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜਨਰਲ ਸੁਭੇਗ ਸਿੰਘ ਅਤੇ ਭਾਈ ਅਮਰੀਕ ਸਿੰਘ। ਅਤੇ ਇੱਧਰ ਬੱਚਿਆਂ ਲਈ ਚੱਲਦਾ ਸਾਰਾ ਸਿਸਟਮ, ਬੱਚਿਆਂ ਦੀਆਂ ਖੇਡਾਂ। ਖਾਲਸਾ ਟੋਇ ਸਟੋਰ ਮਾਤਾ ਇੱਧਰੋਂ ਤੁਹਾਨੂੰ ਦਿਖਾਉਂਦੇ ਸ਼ੋਪਸ ਜਿਹੜੀਆਂ ਬੇਸਿਕ ਆਫ ਸਿੱਖੀ, ਅਤੇ ਯੂਟਿਊਬ ਚੈਨਲ ਵੀ ਹੈਗਾ ਆਈ ਥਿੰਕ ਬੇਸਿਕ ਆਫ ਸਿੱਖੀ, ਉਹਨਾਂ ਦਾ ਭਾਜੀ ਉਹਨਾਂ ਦਾ ਸਟਾਲ ਆ ਇਹ। Rest in peace. I had a go. Yes, you do, but you don't want one, do you? The sickways.com. ਇਹ ਉਹਨਾਂ ਦਾ ਸਟਾਲ ਹੈ ਅਤੇ ਬੁੱਕਸ ਦਿੰਦੇ ਆ। ਅਤੇ ਆਹ ਸ਼ੇਰ ਦੇ ਅੰਦਰ ਵੀ ਸਿੰਘ ਹੀ ਮੈਨੂੰ ਲੱਗਦਾ ਵੜਿਆ ਹੋਇਆ, ਸ਼ੇਰ ਦੇ ਅੰਦਰ ਵੀ ਮੈਨੂੰ ਲੱਗਦਾ ਕੋਈ ਆਪਣਾ ਹੀ ਭਰਾ ਵੜਿਆ ਹੋਇਆ। ਅਤੇ ਆਓ ਤੁਹਾਨੂੰ ਕਰਵਾਉਂਦੇ ਹਾਂ ਅੰਦਰੋਂ ਦਰਸ਼ਨ। ਜੇ ਕਿਸੇ ਨੇ ਨਾ ਰੁਕਿਆ ਤਾਂ ਬਾਈ ਅੰਦਰੋਂ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ। ਐਂਟਰੈਂਸ ਹੁੰਦੇ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਦੇ ਸਾਹਮਣੇ ਗੁਰੂ ਅਰਜਨ ਦੇਵ ਪਾਤਸ਼ਾਹ ਸਵਾਹਿਮਾਨ ਨੇ ਬਾਦਸ਼ਾਹ ਲਿਆ ਕੇ ਨਾਲ ਪੇਸ਼ ਆਇਆ। ਪਹਿਲਾਂ ਲੋਕ ਪਿਆਰ ਕਰਦੇ ਕਰਦੇ ਤੁਸੀਂ
ਬਾਦਸ਼ਾਹ ਤੈਨੂੰ ਦੇਈਏ ਸੱਚ ਸੁਣਾ ਇਹ ਬਾਣੀ ਗੁਰੂ ਗ੍ਰੰਥ ਦੀ ਕੋਈ ਸਕਦਾ ਨਹੀਂ ਉਲਟਾ ਇਹਦੇ ਵਿੱਚ ਭਗਤਾਂ ਦੀ ਆਤਮਾ ਰਹੀ ਗੀਤ ਪ੍ਰਭੂ ਦੇ ਗਾ ਗੱਲ ਖੁਸਰੋ ਵਾਲੀ ਠੀਕ ਸੀ ਸਾਡੇ ਕੋਲ ਗਿਆ ਸੀ ਆ ਅਸੀਂ ਭੁਖਾਰਾ ਹੀ ਜਾਣ ਕੇ ਉਹਨੂੰ ਰੋਟੀ ਦਿੱਤੀ ਖਵਾ ਨਾ ਤਿਲਕ ਲਗਾਇਆ ਉਸ ਨੂੰ ਨਾ ਦਿੱਤੀ ਕੋਈ ਦਵਾ ਐਵੇਂ ਸੁਣ ਸੁਣ ਗੱਲਾਂ ਕਿਸੇ ਤੋਂ ਨਾ ਝੂਠੀ ਤੋਹਮਤ ਲਾ ਤੈਨੂੰ ਦਿੱਤਾ ਤਖ਼ਤ ਖੁਦਾ ਨੇ ਇਸ ਤੇ ਬਹਿ ਕੇ ਅਦਲ ਕਮਾ ਅਸੀਂ ਧਰਮ ਦਿਆਂਗੇ ਪੰਛੀਆ ਸਿਰੇ ਆਪਣੇ ਨਾਲ ਨਿਭਾ ਕਹਿੰਦਾ ਮਹਾਰਾਜ ਗ੍ਰੰਥ ਸਾਹਿਬ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਲਿਖਿਓ ਮਹਾਰਾਜ ਕਹਿੰਦੇ ਗ੍ਰੰਥ ਸਾਹਿਬ ਦੇ ਵਿੱਚ ਇੱਕ ਸਿਹਾਰੀ ਇੱਕ ਬਿਹਾਰੀ ਇੱਕ ਟਿੱਪੀ ਇੱਕ ਕੰਨਾ ਇੱਕ ਅਧਿਕ ਇੱਕ ਬਿੰਦੀ ਨਾ ਵੱਧ ਕੀਤਾ ਜਾ ਸਕਦਾ ਹੈ ਨਾ ਘੱਟ ਕੀਤਾ ਜਾ ਸਕਦਾ ਹੈ ਅੱਜ ਜੋ ਮਰਜ਼ੀ ਪੜੀ ਜਾਓ ਸਤਿਗੁਰੂ ਕਿਰਪਾ ਕਰੇ ਅੱਜ ਤੁਹਾਨੂੰ ਲੜੀਵਾਰ ਵੀਰ ਦੇ ਉੱਤੇ ਸੰਥਿਆ ਕਰਨ ਵਾਲੇ ਬਹੁਤ ਘੱਟ ਗੁਰੂ ਕੇ ਵਜ਼ੀਰ ਸਿੰਘ ਮਿਲਣਗੇ ਬੜੀ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਦੀ ਕਈਆਂ ਸਿੰਘਾਂ ਤੇ ਪਰ ਸਤਿਗੁਰੂ ਜੀ ਰਹਿਮਤ ਕਰਨ ਮਹਾਰਾਜ ਨੇ ਤੇ ਸੰਗਤ ਜੀ ਆ ਜਾਓ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਲੰਗਰ ਹਾਲ ਵਾਲੀ ਸਾਈਡ 'ਤੇ ਇੱਥੇ ਦੇਖੋ ਇੱਥੇ ਵੀ ਪ੍ਰੋਪਰ ਲਾਈਨ ਲੱਗੀ ਆ ਕੋਈ ਧੱਕਾ ਮੁੱਕੀ ਨਹੀਂ ਹੈਗੀ ਸਾਰੇ ਜਣੇ ਆਪਣੀ ਲੰਗਰ ਹਾਲ ਦੇ ਵਿੱਚ ਜਾਣ ਲਈ ਆਪਣੀ ਵਾਰੀ ਦੀ ਵੇਟ ਕਰਦੇ ਪਏ ਆ ਇੱਕ ਚੀਜ਼ ਹੋਰ ਇੱਥੇ ਨਾ ਮਰਿਆਦਾ ਦਾ ਬਹੁਤ ਖਾਸ ਧਿਆਨ ਰੱਖਿਆ ਹੋਇਆ ਹੁਣ ਜਿੱਦਾਂ ਤੁਸੀਂ ਆਹ ਦੇਖੋ ਆਹ ਜਿਹੜੇ ਪਿੱਛੇ ਚੇਅਰਾਂ 'ਤੇ ਜਿਹੜੀ ਸੰਗਤ ਬੈਠੀ ਆ ਇਹਨਾਂ ਨੂੰ ਇੱਕ ਨੀਵੀਂ ਥਾਂ 'ਤੇ ਬਿਠਾਇਆ ਹੋਇਆ ਜਿਹੜਾ ਗੁਰਦੁਆਰਾ ਸਾਹਿਬ ਦੇ ਫਰਸ਼ ਦਾ ਲੈਵਲ ਆ ਉਹ ਲੈਵਲ ਤੋਂ ਇੱਕ ਨੀਵੀਂ ਜਗ੍ਹਾ ਪੱਟ ਕੇ ਉੱਥੇ ਇਹਨਾਂ ਲਈ ਚੇਅਰਾਂ ਲਾਈਆਂ ਹੋਈਆਂ ਤਾਂ ਕਿ ਇਹ ਮਹਾਰਾਜ ਦੇ ਬਰਾਬਰ ਨਾ ਕਿਸੇ ਤਰ੍ਹਾਂ ਵੀ ਹੋਣ ਜਿੱਦਾਂ ਆਪਾਂ ਕਹਿ ਨਹੀਂ ਦਿੰਦੇ ਵੀ ਮਹਾਰਾਜ ਦੇ ਬਰਾਬਰ ਕੁਰਸੀਆਂ ਲਾ ਕੇ ਉੱਥੇ ਬੈਠੇ ਆ ਪ੍ਰੋਪਰ ਮਰਿਆਦਾ ਦਾ ਧਿਆਨ ਰੱਖਿਆ ਗਿਆ ਇੱਥੇ ਅਤੇ ਇਹ ਆ ਗਿਆ ਜੀ ਹੁਣ ਆਪਾਂ ਲੰਗਰ ਹਾਲ ਦੇ ਵਿੱਚ ਅਤੇ ਲੰਗਰ ਹਾਲ ਦੇ ਵਿੱਚ ਵੀ ਦੇਖੋ ਚਾਰੇ ਪਾਸੇ ਤੁਹਾਨੂੰ ਸ਼ਹੀਦਾਂ ਦੀਆਂ ਤਸਵੀਰਾਂ ਮਿਲ ਜੂਗੀਆਂ ਦੇਖਣ ਨੂੰ ਇਹ ਸਾਰੀਆਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਸਰੂਪ ਲੱਗੇ ਹੋਏ ਆ ਜਿਹੜੇ ਇੱਥੇ ਦੇ ਲੋਕ ਜਿਹੜੇ ਇੱਥੇ ਜੰਮਪਲ ਬੱਚੇ ਆ ਉਹਨਾਂ ਲਈ ਇਹ ਚੀਜ਼ਾਂ ਬਹੁਤ ਜਾਣੀ ਕਿ ਰਖਾਉਂਦੀਆਂ ਮੈਨੇ ਹੈ ਨਾ ਜਿੱਦਾਂ ਹੁਣ ਬੱਚੇ ਆ ਕੇ ਦੇਖਦੇ ਆ ਇਹਨਾਂ ਬਾਰੇ ਫਿਰ ਆਪਣੇ ਘਰ ਜਾ ਕੇ ਫਿਰ ਉਸਨੂੰ ਪੁੱਛਦੇ ਹੋਊਗੇ ਹੈ ਨਾ ਇਹ ਚੀਜ਼ ਵੀ ਬਹੁਤ ਵਧੀਆ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਭਾਈ ਮਨੀ ਸਿੰਘ ਜੀ ਸਾਰੀਆਂ ਤਸਵੀਰਾਂ ਜਿੰਨੇ ਵੀ ਸਾਕੇ ਹੋਏ ਆ ਸਾਰੀਆਂ ਉਹ ਤਸਵੀਰਾਂ ਲੱਗੀਆਂ ਅਤੇ ਦੇਖੋ ਪ੍ਰੋਪਰ ਸੰਗਤ ਲਾਈਨ ਦੇ ਵਿੱਚ ਲੱਗੀ ਹੋਈ ਆ ਉੱਥੋਂ ਆਪਣੇ ਬਰਤਨ ਚੱਕ ਕੇ ਅਤੇ ਤੁਸੀਂ ਉੱਥੋਂ ਇੱਥੇ ਵਰਤਾਉਣ ਵਾਲਾ ਕੰਮ ਨਹੀਂ ਹੈਗਾ ਗੁਰੂ ਘਰਾਂ ਦੇ ਵਿੱਚ ਇੰਗਲੈਂਡ ਦੇ ਵਿੱਚ ਅਤੇ ਤੁਸੀਂ ਆਪਣਾ ਬਰਤਨ ਚੱਕ ਕੇ ਤੁਸੀਂ ਉੱਥੇ ਇੱਕ ਤਰ੍ਹਾਂ ਦਾ ਸਟੋਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਸਟੋਲ ਲੱਗਾ ਆ ਉੱਥੋਂ ਤੁਸੀਂ ਜਿਹੜੀ ਜਿਹੜੀ ਚੀਜ਼ ਖਾਣੀ ਆ ਤੁਸੀਂ ਉਹ ਪਵਾ ਸਕਦੇ ਹਾਂ ਪਵਾ ਕੇ ਅਤੇ ਤੁਸੀਂ ਪੰਗਤ ਦੇ ਵਿੱਚ ਬੈਠ ਕੇ ਅਤੇ ਤੁਸੀਂ ਲੰਗਰ ਛਕ ਸਕਦੇ ਹਾਂ ਅਤੇ ਇੱਧਰਲੀ ਸਾਈਡ ਜਿੱਦਾਂ ਬੱਚਿਆਂ ਲਈ ਚਿਪਸ ਵਗੈਰਾ ਹੋ ਜਾਂਦੇ ਫਿੰਗਰ ਚਿਪਸ ਵਗੈਰਾ ਹੁੰਦੇ ਆ ਫਿੰਗਰ ਚਿਪਸ ਵਗੈਰਾ ਲੋਕਲ ਬੱਚੇ ਬਹੁਤ ਖਾਂਦੇ ਆ ਅਤੇ ਦੇਖੋ ਇਹ ਸਾਰੀਆਂ ਤਸਵੀਰਾਂ ਅਤੇ ਅੱਜ ਮਾਣ ਵਾਲੀ ਗੱਲ ਅੱਜ ਬਾਈ ਦੀਪ ਸਿੱਧੂ ਦੀ ਤਸਵੀਰ ਇਹ ਜਿਹੜੇ ਬੈਕ ਸਾਈਡ 'ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜੀਆਂ ਸ਼ਹੀਦਾਂ ਦੀਆਂ ਭਾਈ ਜਸਵੰਤ ਸਿੰਘ ਖਾਲੜਾ ਭਾਈ ਅਮਰੀਕ ਸਿੰਘ ਹੁਣੀ ਜਾਂ ਇਹ ਸਾਰੇ ਜਿਹੜੇ ਸ਼ਹੀਦ ਆ ਉਹਨਾਂ ਦੀਆਂ ਤਸਵੀਰਾਂ ਅਤੇ ਅੱਜ ਬਾਈ ਦੀਪ ਸਿੱਧੂ ਦੀ ਤਸਵੀਰ ਵੀ ਇਹਨਾਂ ਸ਼ਹੀਦਾਂ ਦੇ ਵਿੱਚ ਸ਼ਾਮਿਲ ਕਰ ਦਿੱਤੀ ਗਈ ਆ ਅਤੇ ਲੋਕਲ ਬਾਈ ਇੱਥੇ ਦਾ ਇੱਕ ਯੂਟਿਊਬ 'ਤੇ ਫੇਸਬੁੱਕ ਚੈਨਲ ਚਲਾਉਂਦੇ ਆ ਉਹ ਬਾਈ ਦੀਪ ਸਿੱਧੂ ਦੇ ਵੱਡੇ ਬਾਈ ਮਨਦੀਪ ਸਿੱਧੂ ਦਾ ਇੰਟਰਵਿਊ ਕਰ ਰਹੇ ਆ ਕਿਉਂਕਿ ਅੱਜ ਵੀਡੀਓ ਦੇ ਸ਼ੁਰੂ 'ਚ ਵੀ ਤੁਸੀਂ ਦੇਖਿਆ ਹੋਊਗਾ ਬਾਹਰ
ਭਾਈ ਦੀਪ ਸਿੱਧੂ ਦੀਆਂ ਨਿਸ਼ਾਨੀਆਂ ਜਿਹੜੀਆਂ ਸੰਗਤ ਦੇ ਦਰਸ਼ਨਾਂ ਲਈ ਰੱਖੀਆਂ ਗਈਆਂ ਸੀ ਅਤੇ ਇੱਥੇ ਅੱਜ ਉਹ ਲਾਇਆ ਗਿਆ ਭਾਈ ਦੀਪ ਸਿੱਧੂ ਦੀ ਤਸਵੀਰ ਜਿਹੜੀ ਆ ਬਾਕੀ ਸ਼ਹੀਦਾਂ ਨਾਲ ਲਾਈ ਗਈ ਆ ਅਤੇ ਇੱਧਰਲੀ ਸਾਈਡ ਦੇਖੋ ਇਹ ਸੇਵਾ ਕਿੱਦਾਂ ਚੱਲਦੀ ਹੈ ਜੀ ਤੁਸੀਂ ਆਪਣਾ ਥਾਲ ਲੈ ਕੇ ਅਤੇ ਤੁਸੀਂ ਜਿਹੜੀ ਜਿਹੜੀ ਚੀਜ਼ ਵੀ ਤੁਸੀਂ ਖਾਣੀ ਚਾਹੁੰਦੇ ਆ ਜਿਹੜੀ ਜਿਹੜੀ ਚੀਜ਼ ਵੀ ਉਹ ਤੁਸੀਂ ਆਪ ਪਵਾ ਸਕਦੇ ਹੋ ਅਤੇ ਇੱਧਰਲੀ ਸਾਈਡ ਖਾਣਾ ਬਣਾਉਣ ਦੀ ਜਿਹੜੀ ਪ੍ਰਕਿਰਿਆ ਚੱਲ ਰਹੀ ਆ ਅਤੇ ਇੱਧਰ ਬਾਪੂ ਹੁਣੀ ਛਿਲਦੇ ਪਏ ਆ ਜੀ ਆਲੂ ਵਗੈਰਾ ਅਤੇ ਇੱਧਰ ਬੀਬੀਆਂ ਲੱਗੀਆਂ ਹੋਈਆਂ ਜੀ ਪ੍ਰਸ਼ਾਦਾ ਲਾਉਣ ਅਤੇ ਪ੍ਰਸ਼ਾਦਿਆਂ ਦੀ ਸੇਵਾ ਚੱਲਦੀ ਪਈ ਆ ਅਤੇ ਇੱਧਰ ਦੇਖ ਲਓ ਵੀ ਲੰਗਰ ਹਾਲ ਦੇ ਵਿੱਚ ਹੀ ਪਰਲੀ ਸਾਈਡ ਉਹ ਸਾਹਮਣੇ ਤੁਸੀਂ ਜਾਓਗੇ ਵਰਤਾਅ ਹੋ ਰਿਹਾ ਅਤੇ ਬੈਕ ਸਾਈਡ 'ਤੇ ਉੱਥੇ ਹੀ ਬੈਕ ਸਾਈਡ 'ਤੇ ਕਿਚਨ ਆ ਉੱਥੇ ਹੀ ਲੰਗਰ ਤਿਆਰ ਹੋ ਰਿਹਾ ਇਹ ਵੀ ਬੀਬੀਆਂ ਸਾਰੀਆਂ ਸੇਵਾ 'ਤੇ ਲੱਗੀਆਂ ਹੋਈਆਂ ਦੇਖੋ ਗੁਰੂ ਘਰਾਂ ਦੇ ਵਿੱਚ ਇੱਥੇ ਮੈਨੂੰ ਲੱਗਦਾ ਇੱਥੇ ਸੇਵਾਦਾਰਾਂ ਦੀ ਘਾਟ ਨਹੀਂ ਪੈਂਦੀ ਜਿੱਦਾਂ ਆਪਣੇ ਅਨੰਦਪੁਰ ਸਾਹਿਬ ਵੀ ਉਹ ਕਮੇਟੀ ਵਾਲਿਆਂ ਨੂੰ ਤਨਖਾਹ 'ਤੇ ਪੱਕੇ ਬੰਦੇ ਰੱਖਣੇ ਪੈਂਦੇ ਪਰ ਮੈਨੂੰ ਲੱਗਦਾ ਇਹਨਾਂ ਗੁਰੂ ਘਰਾਂ ਦੇ ਵਿੱਚ ਸੇਵਾਦਾਰਾਂ ਦੀ ਘਾਟ ਨਹੀਂ ਹੈਗੀ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਜਿਹੜੀ ਸੇਵਾ ਕਰਦੀ ਹੈ ਡੇਲੀ ਉੱਧਰੋਂ ਪ੍ਰਸ਼ਾਦੇ ਵੇਲ ਕੇ ਅਤੇ ਇੱਧਰ ਦੇਖੋ ਇੱਧਰ ਨਾਲ ਹੀ ਪ੍ਰਸ਼ਾਦੇ ਪਕਾਏ ਜਾ ਰਹੇ ਆ ਅਤੇ ਇੱਧਰ ਬਾਪੂ ਹੁਣੀ ਅਦਰਕ ਚੀਰ ਰਿਹਾ ਜੀ ਇੱਧਰੋਂ ਤੁਹਾਨੂੰ ਮੈਂ ਇੱਕ ਵਾਰੀ ਫੇਰ ਦਿਖਾਦਾ ਇੱਧਰ ਸਾਰੇ ਸ਼ਹੀਦਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਅਤੇ ਉਹ ਬਾਈ ਦੀਪ ਸਿੱਧੂ ਦਾ ਪੋਸਟਰ ਆ ਜਿਹੜਾ ਤਸਵੀਰ ਆ ਉਹ ਅੱਜ ਇੱਥੇ ਲਾਈ ਗਈ ਹੈ ਅਤੇ ਇੱਧਰ ਭਾਂਡੇ ਧੋਣ ਦੀ ਸੇਵਾ ਚੱਲ ਰਹੀ ਆ ਸਾਰਾ ਕੁਛ ਇੱਕੋ ਹੀ ਛੱਤ ਦੇ ਵਿੱਚ ਥੱਲੇ ਹੀ ਆ ਜਿੱਦਾਂ ਲੰਗਰ ਹਾਲ ਦੇ ਵਿੱਚ ਹੀ ਆ ਵਿੱਚ ਹੀ ਪ੍ਰਸ਼ਾਦਾ ਪ੍ਰਸ਼ਾਦੇ ਪੱਕ ਰਹੇ ਆ ਦਾਲਾਂ ਸਬਜ਼ੀਆਂ ਬਣ ਰਹੀਆਂ ਅਤੇ ਵਿੱਚ ਹੀ ਆ ਇੱਕ ਸਾਈਡ 'ਤੇ ਕੋਰਨਰ 'ਤੇ ਇੱਧਰ ਭਾਂਡੇ ਮਾਂਜਣ ਦੀ ਸੇਵਾ ਚੱਲ ਰਹੀ ਆ ਇੱਧਰ ਦੇਖੋ ਬਾਪੂ ਵੀ ਲੱਗੇ ਹੋਏ ਆ ਜੂਠੇ ਬਰਤਨ ਆ ਰਿਹਾ ਅਤੇ ਇੱਧਰ ਸਾਰੇ ਹੀ ਬਰਤਨ ਅੱਗੇ ਜਾ ਰਿਹਾ ਅਤੇ ਉੱਧਰ ਬੀਬੀਆਂ ਅਤੇ ਉਹ ਭਾਈ ਸਾਹਿਬ ਹੈਗੇ ਆ ਜਿਹੜੇ ਉਹਨਾਂ ਬਰਤਨਾਂ ਨੂੰ ਧੋ ਕੇ ਅਤੇ ਦੁਬਾਰਾ ਫਿਰ ਰੀਸਾਈਕਲ ਸਿਸਟਮ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਫਿਰ ਸੰਗਤ ਦੇ ਪ੍ਰਸ਼ਾਦਾ ਛਕਣ ਲਈ ਉਹੀ ਬਰਤਨ ਇੱਕ ਤਰ੍ਹਾਂ ਤਿਆਰ ਹੋ ਜਾਂਦੇ ਆ ਅਤੇ ਇਹ ਸੀਗੀ ਜੀ ਅੱਜ ਸਾਊਥ ਹਾਲ ਦੇ ਗੁਰੂ ਘਰ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਅਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ